ਜੀਵਨ ਦੇ ਆਖਰੀ ਦਿਨਾਂ ਵਿੱਚ ਮੌਤ ਕਿਵੇਂ ਦਿਸਦੀ ਹੈ? I think that ਮੇਰੇ ਖਿਆਲ ਵਿੱਚ ਜੀਵਨ ਦੇ ਆਖਰੀ ਸਮੇਂ ਵਿੱਚ ਪਰਿਵਾਰ ਦੇ ਜੀਆਂ ਲਈ ਸਭ ਤੋਂ ਡਰਾਵਨਾ ਲੱਛਣ ਸਾਹ ਵਿੱਚ ਤਬਦੀਲੀ ਦਾ ਹੋਣਾ ਹੈ। ਤੁਸੀਂ ਅਕਸਰ ਸਾਹ ਵਿੱਚ ਰੁਕਾਵਟ ਹੁੰਦੀ ਵੇਖੋਗੇ। ਇਹ ਅਨਿਯਮਿਤ ਹੋ ਸਕਦੀ ਹੈ। ਤੁਸੀਂ ਸਾਹ ਦੀ ਆਵਾਜ਼ ਵਿੱਚ ਤਬਦੀਲੀ ਹੋਣੀ ਸੁਣ ਸਕਦੇ ਹੋ, ਜੋ ਕਿ ਸਰਸਰਾਹਟ ਵਰਗੀ ਹੋ ਸਕਦੀ ਹੈ। ਸਰੀਰਕ ਰੂਪ ਵਿੱਚ ਇਹ ਫੇਫੜਿਆਂ ਵਿੱਚ ਬਣਿਆ ਤਰਲ ਹੋ ਸਕਦਾ ਹੈ। ਅਕਸਰ ਲੋਕ ਇਹ ਗੱਲ ਦੱਸਦੇ ਹਨ, ਪਰ ਸਾਨੂੰ ਯਕੀਨੀ ਤੌਰ 'ਤੇ ਨਹੀਂ ਪਤਾ ਕਿ ਮਰੀਜ਼ ਲਈ ਇਹ ਅਨਸੁਖਾਵਾ ਅਹਿਸਾਸ ਨਹੀਂ ਹੈ, ਪਰੰਤੂ ਉਹਨਾਂ ਪਰਿਵਾਰਾਂ ਦੇ ਜੀਆਂ ਲਈ ਪਰੇਸ਼ਾਨੀ ਕਰਨ ਵਾਲਾ ਹੋ ਸਕਦਾ ਹੈ ਜਿਹੜੇ ਕੋਲ ਹੁੰਦੇ ਹਨ। ਇਸ ਗੱਲ ਤੋਂ ਵਾਕਫ ਹੋਣ ਦੇ ਬਾਅਦ ਕਿ ਮੌਤ ਦੇ ਨਜ਼ਦੀਕ ਆ ਪੁੱਜੇ ਵਿਅਕਤੀ ਦੇ ਸਾਹ ਵਿੱਚ ਅਤੇ ਸਾਹ ਦੀ ਆਵਾਜ਼ ਵਿੱਚ ਤਬਦੀਲੀਆਂ ਹੋ ਰਹੀਆਂ ਹਨ, ਸ਼ਾਇਦ ਇਹ ਸਭ ਤੋਂ ਵੱਧ ਆਮ ਕਾਰਨ ਹੁੰਦਾ ਹੈ ਜਿਸ ਕਰਕੇ ਕੋਈ ਲੋਕ 911 ਕਾਲ ਕਰਦੇ ਹਨ। ਅਤੇ ਇਹ ਵੀ ਸੰਭਾਵਨਾ ਹੈ ਕਿ ਤੁਸੀਂ ਉਹਨਾਂ ਦੀ ਚਮੜੀ ਦੇ ਰੰਗ ਵਿੱਚ ਕੁਝ ਤਬਦੀਲੀਆਂ ਵੇਖੋਗੇ। ਇੱਕ ਹੋਰ ਚੀਜ਼ ਜਿਸ ਨੂੰ ਤੁਸੀਂ ਵੇਖੋਗੇ, ਇਸ ਨੂੰ ਮੋਡਲਿੰਗ ਆਖਦੇ ਹਨ। ਇਹ ਚਮੜੀ ਦੇ ਰੰਗ ਦਾ ਫਿੱਕਾ ਪੈਣਾ ਹੁੰਦਾ ਹੈ ਜੋ ਸਰੀਰ ਦੇ ਵੱਖ ਵੱਖ ਹਿੱਸਿਆਂ ਵਿੱਚ ਥੱਲੇ ਤੋਂ ਸ਼ੁਰੂ ਹੋ ਕੇ ਉੱਤੇ ਨੂੰ ਜਾਂਦਾ ਹੈ। ਜੇਕਰ ਉਹ ਧਰਤੀ ਉੱਤੇ ਲੰਮਾ ਸਮਾਂ ਪੈਂਦੇ ਹਨ ਤਾਂ ਇਹਨੂੰ ਤੁਸੀਂ ਪਿੱਠ ਉੱਤੇ ਵੇਖ ਸਕਦੇ ਹੋ। ਸੋ ਜੇ ਕਦੇ ਤੁਸੀਂ ਮੋਡਲਿੰਗ ਦਾ ਆਰੰਭ ਹੋਣਾ ਵੇਖੋ ਤਾਂ ਇਹ ਪ੍ਰਕਿਰਿਆ ਆਮ ਕਰਕੇ ਉਸ ਸਮੇਂ ਦੇ 24 ਘੰਟਿਆਂ ਵਿੱਚ ਵਾਪਰਦੀ ਹੈ। ਹੋਸ਼ ਦਾ ਪੱਧਰ ਵੀ ਕਾਫ਼ੀ ਮਾਤਰਾ ਵਿੱਚ ਬਦਲੇਗਾ। ਮੇਰਾ ਭਾਵ ਹੈ ਕਿ ਕੋਈ ਵਿਅਕਤੀ ਤਾਂ ਬਿਲਕੁਲ ਹੀ ਬੇਹੋਸ਼ ਹੋ ਜਾਂਦੇ ਹਨ ਅਤੇ ਆਪਣੇ ਆਖਰੀ ਸ਼ਬਦ ਬੋਲ ਕੇ ਪੂਰੇ ਹੋ ਜਾਂਦੇ ਹਨ, ਜਿਵੇਂ ਕਿ ਫਿਲਮਾਂ ਵਿੱਚ ਹੁੰਦਾ ਹੈ। ਪਰੰਤੂ ਜ਼ਿਆਦਾਤਰ ਹੁੰਦਾ ਹੈ ਕਿ ਇਸ ਤੋਂ ਪਹਿਲਾਂ ਕਿ ਮੌਤ ਹੋਵੇ ਉਹ ਕੁਝ ਸਮਾਂ ਲਈ ਬੇਹੋਸ਼ ਹੋ ਜਾਂਦੇ ਹਨ। ਸੋ ਉਹ ਖਾਣਾ ਜਾਂ ਤਰਲ ਨਹੀਂ ਲੈਣਗੇ, ਉਹਨਾਂ ਦਾ ਸਾਹ ਅਨਿਯਮਿਤ ਹੋ ਜਾਏਗਾ। ਸ਼ਾਇਦ ਤੁਸੀਂ ਥੋੜ੍ਹੀ ਮੋਡਲਿੰਗ ਭਾਵ ਚਮੜੀ ਦੇ ਰੰਗ ਵਿੱਚ ਬਦਲਾਵ ਵੀ ਵੇਖੋਗੇ, ਚੂਹਣ ਉੱਤੇ ਠੰਡੇ ਹੋਣਗੇ। ਸੋ ਇਹ ਵੇਲੇ ਮੂੰਹ ਦੀ ਸੰਭਾਲ ਕਰਨਾ, ਬੁੱਲਾਂ ਨੂੰ ਨਰਮ ਰੱਖਣਾ ਅਤੇ ਹੋਰ ਐਸੇ ਲੱਛਣ ਜੋ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਹਨ ਉਹਨਾਂ ਨੂੰ ਕਾਬੂ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਇਹ ਉਹ ਸਮਾਂ ਹੈ ਜਦੋਂ ਤੁਸੀਂ ਲੱਛਣਾਂ ਨੂੰ ਕਾਬੂ ਕਰਨ ਲਈ ਦਵਾਈ ਵੀ ਦੇਣਾ ਚਾਹੋਗੇ ਤਾਂ ਕਿ ਉਹ ਸਰੀਰਕ ਰੂਪ ਵਿੱਚ ਤਕਲੀਫ ਮਹਿਸੂਸ ਨਾ ਕਰਨ। ਪਰੰਤੂ ਜ਼ਿਆਦਾਤਰ ਤੁਸੀਂ ਜੋ ਵੇਖੋਗੇ ਉਹ ਹੈ ਕਿ ਉਹਨਾਂ ਦੇ ਸਾਹ ਅਤੇ ਹੋਸ਼ ਦੇ ਪੱਧਰ ਵਿੱਚ ਆਈ ਤਬਦੀਲੀਆਂ। ਤੁਸੀਂ ਬਾਹਰ ਨਿਕਲਣ ਵਾਲੇ ਮਾਦੇ ਵਿੱਚ ਵੀ ਕਮੀ ਦੇਖ ਸਕਦੇ ਹੋ। ਹੋ ਸਕਦਾ ਹੈ ਕਿ ਕੋਈ ਪੇਟ ਦੀ ਹਰਕਤ ਨਹੀਂ ਹੋ ਰਹੀ ਹੈ ਕਿਉਂਕਿ ਤੁਸੀਂ ਕੁਝ ਜ਼ਿਆਦਾ ਖਾ ਜਾਂ ਪੀ ਨਹੀਂ ਰਹੇ ਹੋ। ਦਰਦ ਦੀਆਂ ਨਿਸ਼ਾਨੀਆਂ ਨੂੰ ਸਮਝਣਾ। I think ਮੇਰਾ ਸੋਚਣਾ ਹੈ ਕਿ ਚਿਹਰੇ ਦੇ ਹਾਵ ਭਾਵ ਨੂੰ ਪੜ੍ਹਨ ਅਤੇ ਪਹਿਚਾਨਣ ਦੇ ਕਾਬਿਲ ਹੋਣਾ ਬਹੁਤ ਮਹੱਤਵਪੂਰਨ ਹੈ। ਮੈਂ ਜੀਵਨ ਦੇ ਅਖੀਰ ਬਾਰੇ ਜਾਣਦੀ ਹਾਂ। ਉਹ ਆਪਣੇ ਦਰਦ ਨੂੰ ਬੋਲ ਕੇ ਨਹੀਂ ਦੱਸ ਸਕਦੇ, ਪਰ ਤੁਸੀਂ ਉਹਨਾਂ ਦੇ ਚਿਹਰੇ ਵਿੱਚ ਕੁਝ ਤਬਦੀਲੀਆਂ ਵੇਖੋਗੇ। ਉਹ ਕਚੀਚੀਆਂ ਲੈਣਗੇ, ਕਸੀਸ ਵੱਟਣਗੇ ਅਤੇ ਕਈ ਵਾਰ ਉਹ ਸਰੀਰ ਦੇ ਕੁਝ ਖਾਸ ਹਿੱਸਿਆਂ ਤੱਕ ਜਾਣ ਦੀ ਕੋਸ਼ਿਸ਼ ਕਰਨਗੇ। ਇਹ ਕੁਝ ਚੀਜ਼ਾਂ ਹਨ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਸਮਝ ਬਣਾ ਸਕਦੇ ਹੋ ਕਿ ਸ਼ਾਇਦ ਉਹਨਾਂ ਨੂੰ ਦਰਦ ਹੋ ਰਿਹਾ ਹੈ।